बाजी ठीक है? श्री अकाल जी, तुसी देख रहे हो तुहाडी आवाज़ तुहाडा अपना न्यूज़ लाइन। इस वीडियो नूं देखण वाले सारे दर्शकों का स्वागत है। पिछले दिन ही असीं तुहानूं एक वीडियो दिखाई सी, जिस वीडियो विच द ग्रेट खली दलीप सिंह राणा एक सरदार बंदे दे चपेड़ मारदे दिखाई दे रहे हैं। दरअसल वीडियो विच खड़ा सरदार खली नूं फोटो शूट लई पोज बना के दस रहा सी कि एक लड़की उस सरदार नाल बहस करन लगी। इस सब तो बाद खली ने उस सरदार नूं कहा कि वह दिखावे किस तरह पोज बनाउणा है। सरदार पोज बना के दस ही रहा सी कि हंकारे खली ने सरदार दे चपेड़ जड़ के अपनी घटिया हरकत दिखा दी। उस तो बाद कोल खड़ी लड़की भी हसन लगी, जो कि सिखां लई बहुत अपमान वाली गल है। खली दी इस घटिया हरकत करके लोकां वल्लों उस दे प्रति काफी हेट शब्दावली भी वरती गई अते एक गुरसिख वल्लों खली नूं खरियां खरियां सुनाईयां। देखदे हां उह सारी वीडियो। वीडियो नूं शुरू करन तों पहलां दस दईए कि जेकर तुसीं इस चैनल दे नवें हो तां इस तरह दीआं होर ताज़ा तरीन अपडेट्स देखण लई तुहाडे अपने चैनल न्यूज़ लाइन नूं सबसक्राइब कर घंटी वाले बटन नूं जरूर दबा लो, तां जो हर नवीं वीडियो नोटिफिकेशन तुहाडी मोबाइल स्क्रीन ते सब तों पहलां पहुंच सके। इस दे नाल ही वीडियो नूं पूरी जरूर देखना। हिमाचल का एक डंगर जिहा, ना तो उहदी शकल चंगी ते ना उहदी अकल चंगी, जिन्हों खली कहिंदे आ। उहदी बूथी किद्दां दी आ, उहनूं शर्म ना आई पंजाबी मुंडे दे चपेड़ मारन लग्गिआं। कंजरा, पंजाबियां ने तैनूं इत्थों तक पहुँचाया वा, शर्म कर। थोड़ी बहुती दिहाड़ियां करन वाला तूं हैगा ही, तेरे अर्गे ने रुल जाणा ही सारी उम्र दिहाड़ियां करदिआं, ते अपनी औकात दे विच रही जांदा वा। ਮੈਨੂੰ ਬਹੁਤ ਗੁੱਸਾ ਚੜਿਆ ਚੰਡਿਆ ਤੇਰੇ ਤੋਂ, ਤੂੰ ਸਰਦਾਰ ਬੰਦੇ ਦੇ ਚਪੇੜ ਮਾਰਨ ਲੱਗਿਆ, ਤੈਨੂੰ ਸ਼ਰਮ ਨਾ ਆਈ ਓਏ? ਜੇ ਤੇਰੇ ਹਾਣ ਦਾ ਹੁੰਦਾ ਤੇ ਫੇਰ ਤੂੰ ਚਪੇੜ ਮਾਰਦਾ, ਤੇ ਤਾਂ ਵੀ ਹੁੰਦੇ ਵੀ ਤੂੰ ਮਾਰੀ ਚਪੇੜ ਦੇ ਡੰਗਰਾ ਜਾ, ਤੈਨੂੰ ਅਗਲ ਨਾ ਮੌਤ ਹੈਗੀ। ਤੂੰ ਖਾੜਿਆਂ ਦੇ ਉੱਤੇ ਵੀ ਤੂੰ ਗੰਦ ਪਾ ਛੱਡਿਆ ਓਏ। ਇੱਧਰ ਆ, ਤੈਨੂੰ ਦੱਸਦੇ ਹਾਂ ਭਲਾ ਤੂੰ ਕਿੱਡਾ ਕੁ ਵੱਡਾ ਭਲਵਾਨ ਆ। ਆ ਮੇਰੇ ਨਾਲ ਗੱਤਕਾ ਖੇਡ ਕੇ ਵੇਖ, ਨਾਸਾਂ ਨਾ ਬੰਦ ਕਰਦੀਆਂ ਤੇਰੀਆਂ ਦੇ ਆਖੀ। ਤੂੰ ਸਰਦਾਰ ਬੰਦੇ ਦੇ ਚਪੇੜ ਮਾਰੀ, ਤੈਨੂੰ ਸ਼ਰਮ ਨਾ ਆਈ ਓਏ? ਪੰਜਾਬੀਆਂ ਨੇ ਤੈਨੂੰ ਇੱਥੋਂ ਤੱਕ ਚੁੱਕਿਆ ਵਾ, ਬੇਸ਼ਰਮਾ ਜਾ। ਜੇ ਤੈਨੂੰ ਆਪਣੇ ਪਿਓ ਦਾ ਤਾਂ ਆ ਇੱਥੇ ਬਿਆਸ, ਫਿਰ ਤੈਨੂੰ ਮੈਂ ਵੇਖ ਲੂੰ ਤੂੰ ਵੱਡਾ ਭਲਵਾਨ ਕਿੱਡਾ ਗਿਆ। ਤੂੰ ਮਾਰ ਮਾਰ ਚਪੇੜਾਂ, ਤੇਰੇ ਅਰਗੇ ਦਾ ਮੂੰਹ ਭੰਨਿਆ ਹੋਵੇ ਤਾਂ ਤੈਨੂੰ ਲੱਗ ਪਤਾ ਜਾਵੇ। ਕੰਜਰ ਨਾਣ, ਉਹੋ ਜਿਹੇ ਪੰਜਾਬੀ ਜਿਹੜੇ ਇਹੋ ਜਿਹੇ ਬਾਂਦਰਾਂ ਨੂੰ ਸਿਰ 'ਤੇ ਚਾੜ ਲੈਂਦੇ ਮਿੰਟੋ ਮਿੰਟੀ, ਇਹੋ ਜਿਹੀਆਂ ਜੂਠਾਂ ਸਿਰ 'ਤੇ ਚਾੜਨ ਵਾਲੀਆਂ ਕਦੇ? ਆ ਤੈਨੂੰ ਮੈਂ ਮੇਰੇ ਨਾਲ ਗੱਤਕਾ ਖੇਡ ਕੇ ਵੇਖ, ਡੰਗਰਾ ਜਾ, ਨਾ ਤੈਨੂੰ ਅਗਲ ਨਾ ਮੌਤ, ਕੰਜਰ ਜਾ ਨਾ ਵੇ। ਮੇਰਾ ਗੰਦੀਆਂ ਗਾਲਾਂ ਕੱਢਣ ਨੂੰ ਜੀ ਕੰਢਿਆ ਤੇਰਾ, ਪਰ ਮੈਂ ਨਹੀਂ ਆਉਂਦੀਆਂ ਮੈਨੂੰ, ਨਾ ਮੈਂ ਕੱਢਦਾ ਹੀ ਹਾਂ। ਬੇਸ਼ਰਮ, ਸ਼ਰਮ ਦਾ ਘਾਟਾ ਇਹਨੂੰ, ਕਿੱਡੀ ਗਲਤ ਗੱਲ ਕੀਤੀ ਇਹਨੇ। ਸ਼ਿੰਗਾਰਾ ਸਿੰਘ ਜੀ, ਰਾਜ ਕੰਬੋਜ ਜੀ, ਕਿੱਡੀ ਗਲਤ ਗੱਲ ਕੀਤੀ ਇਹਨੂੰ, ਸ਼ਰਮ ਨਾ ਆਈ? ਪੰਜਾਬੀਆਂ ਨੇ ਇਹਨੂੰ ਤਾਂ ਚੁੱਕਿਆ ਹੈ। ਭੁੱਲਰ ਨੇ ਤੈਨੂੰ ਭਰਤੀ ਕਰਾਇਆ, ਤੂੰ ਪੱਥਰ ਉੱਥੇ ਤੋੜਨ ਡਿਆ, ਤੂੰ ਖਾੜਿਆਂ ਦੇ ਉੱਤੇ ਵੀ ਇਹਨੇ ਗੰਦ ਪਾਇਆ, ਬਹੁਤ ਗਲਤ ਗੱਲਾਂ ਇਹਨੇ ਖਾੜਿਆਂ ਦੇ ਕੀਤੀਆਂ। ਬੇਸ਼ਰਮ, ਠੇਠਰ ਜਿਹਾ ਕਿਸੇ ਥਾਂ ਦਾ। ਮੈਂ ਪੰਜਾਬੀ ਵੀਰਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਐਵੇਂ ਨਾ ਬਹੁਤਾ ਸਿਰ 'ਤੇ ਚਾੜਦਿਆ ਕਰੋ ਇਹੋ ਜਿਹਾ ਡੰਗਰਾਂ ਨੂੰ। ਸੋ ਇਹ ਡੰਗਰ ਤੱਕ ਵੀਡੀਓ ਜਿਹੜੀ ਆ ਪਹੁੰਚਾਉਣੀ, ਇਹਨੂੰ ਡੰਗਰ ਨੂੰ ਕਹਿਣਾ ਜੇ ਪਿਓ ਦਾ ਪੁੱਤ ਤਾਂ ਆ ਫਿਰ ਇੱਧਰ ਵੱਡਾ, ਤੂੰ ਰੈਸਲਰ ਲਈ ਫਿਰਦਾ, ਮਾਰ ਮਾਰ ਸੋਟੀਆਂ ਤੇਰੀਆਂ ਨਾਸਾਂ ਨਾ ਭੰਤੀਆਂ ਦੇ ਆਖੀ।
ਗਰੀਬ ਤੇ ਤੂੰ ਹੱਥ ਚੁੱਕਿਆ, ਡੰਗਰਾ ਜਾ ਅਗਲ ਨਾ ਮੌਤ ਤੈਨੂੰ। ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਵਿੱਚ ਖਲੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ? ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਹ ਵੀਡੀਓ ਹਰ ਇੱਕ ਸਿੱਖ ਤੱਕ ਪਹੁੰਚ ਜਾਵੇ ਤਾਂ ਜੋ ਖਲੀ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇ। ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।